ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਇਸ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਪਾਠ ਨੰਬਰ 7, ਵਿਧਾਨ ਪਾਲਿਕਾ ਅਭਿਆਸ ਦੇ ਪ੍ਰਸ਼ਨ। ਸਰਕਾਰ ਦਾ ਕਿਹੜਾ ਅੰਗ ਕਾਨੂੰਨ ਵਿਧਾਨ ਬਣਾਉਣ ਦਾ ਕਾਰਜ ਕਰਦਾ ਹੈ? ਆਂਸਰ ਆਉਂਦਾ ਆਪਣੇ ਕੋਲ ਵਿਧਾਨ ਪਾਲਿਕਾ। ਜਪਾਨ ਦੀ ਸੰਸਦ ਦਾ ਕੀ ਨਾਮ ਹੈ? ਇਹ ਤਾਂ ਆਂਸਰ ਆਉਂਦਾ ਆਪਣੇ ਕੋਲ ਡਾਇਟ। ਤੀਸਰਾ ਪ੍ਰਸ਼ਨ, ਨੈਸ਼ਟ ਕਿਹੜੇ ਦੇਸ਼ ਦੀ ਸੰਸਦ ਹੈ? ਆਂਸਰ ਆਉਂਦਾ ਰਹੇ ਆਪਣੇ ਕੋਲ ਇਜ਼ਰਾਈਲ। ਉਸ ਤੋਂ ਅੱਗੇ ਸੱਸਾ, ਹੇਠ ਲਿਖਿਆਂ ਵਿੱਚੋਂ ਅਕੈਰੀ ਵਿਧਾਨਕ ਪਾਲਿਕਾ ਕਿਹੜੇ ਦੇਸ਼ ਵਿੱਚ ਹੈ? ਉਹ ਹੈ ਆਪਣੇ ਕੋਲ ਚੀਨ। ਸ਼ਕਤੀ ਭ੍ਰਿਸ਼ਟ ਕਰਦੀ ਹੈ ਅਤੇ ਸੰਪੂਰਨ ਸ਼ਕਤੀ ਸੰਪੂਰਨ ਦ੍ਰਿਸ਼ਟ, ਇਹ ਸ਼ਬਦ ਕਿਸ ਨੇ ਕਹੇ? ਇਹ ਨਾਰਾਜ ਆਪਣੇ ਕੋਲ ਲਾਰਡ ਐਕਟਨ ਦੇ। ਕੱਕਾ, ਸ਼ਕਤੀ ਦੀ ਵੰਡ ਦਾ ਸਿਧਾਂਤ ਕਿਸ ਦੀ ਦੇਣ ਹੈ? ਇਹ ਰਾਜੇ ਹੈ ਆਪਣੇ ਕੋਲ ਮਾਰਟੇਸਕਿਊ। ਆਪਣੇ ਆਪ ਨੂੰ ਰਾਜਾ ਕਿਸਨੇ ਕਿਹਾ ਸੀ? ਇਹ ਆਂਸਰ ਆਉਣਾ ਊੜਾ, ਲੂਇਸ 14ਵੇਂ ਨੇ। ਦੂਸਰਾ ਪ੍ਰਸ਼ਨ, ਹੇਠ ਲਿਖਿਆਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ। ਪਹਿਲਾ ਪ੍ਰਸ਼ਨ, ਸਰਕਾਰ ਦੇ 3 ਅੰਗਾਂ ਦੇ ਨਾਮ ਲਿਖੋ। ਕਾਰਜਪਾਲਿਕਾ, ਵਿਧਾਨ ਪਾਲਿਕਾ, ਨਿਆਂਪਾਲਿਕਾ। ਦੂਸਰਾ ਪ੍ਰਸ਼ਨ, ਭਾਰਤ ਵਿੱਚ ਅਧਿਆਦੇਸ਼ ਕੌਣ ਜਾਰੀ ਕਰ ਸਕਦਾ ਹੈ? ਆਂਸਰ ਆਉਂਦਾ ਆਪਣੇ ਕੋਲ ਸੰਸਦ, ਰਾਸ਼ਟਰਪਤੀ। ਈਡੀ, ਭਾਰਤੀ ਸੰਸਦ ਦੇ ਕਿੰਨੇ ਸਦਨ ਹਨ ਅਤੇ ਕਿਹੜੇ ਕਿਹੜੇ? ਭਾਰਤ ਵਿੱਚ 2 ਸਦਨ ਨੇ, ਲੋਕ ਸਭਾ ਅਤੇ ਰਾਜ ਸਭਾ। ਰੂਸ ਦੀ ਸੰਸਦ ਦਾ ਕੀ ਨਾਮ ਹੈ? ਰਾਜ ਆਪਣੇ ਕੋਲ ਡੂਮਾ। ਉਸ ਤੋਂ ਅੱਗੇ ਵਿਧਾਨ ਪਾਲਿਕਾ ਤੋਂ ਤੁਸੀਂ ਕੀ ਸਮਝਦੇ ਹੋ? ਆਂਸਰ, ਵਿਧਾਨ ਲੋਕਤੰਤਰੀ ਸਰਕਾਰ ਵਿੱਚ ਵਿਧਾਨ ਪਾਲਿਕਾ ਨੂੰ ਬਹੁਤ ਹੀ ਅਹਿਮ ਸਥਾਨ ਪ੍ਰਾਪਤ ਹੈ, ਜਿਸ ਦੇ ਪਿੱਛੇ ਕਾਰਨ ਹੈ ਕਿ ਵਿਧਾਨਕ ਰਾਜਨੀਤੀਵਾਨਾਂ ਦੁਆਰਾ ਲੋਕਤੰਤਰ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਇਸ ਦਾ ਅਰਥ ਸਮਝਣਾ ਜਾਣਨਾ ਜ਼ਰੂਰੀ ਹੈ। ਵਿਧਾਨ ਪਾਲਿਕਾ ਸਰਕਾਰ ਦਾ ਪਹਿਲਾ ਅਤੇ ਮਹੱਤਵਪੂਰਨ ਅੰਗ ਹੈ, ਜਿਸ ਦਾ ਮੁੱਢਲਾ ਕੰਮ ਕਾਨੂੰਨ ਬਣਾਉਣਾ ਭਾਵ ਸਰਕਾਰ ਦਾ ਇੱਕ ਅੰਗ ਜੋ ਕਾਨੂੰਨ ਬਣਾਉਂਦਾ ਹੈ ਉਸ ਨੂੰ ਵਿਧਾਨ ਪਾਲਿਕਾ ਕਿਹਾ ਜਾਂਦਾ ਹੈ। ਉਸ ਤੋਂ ਅੱਗੇ ਖਾਲੀ ਥਾਵਾਂ ਭਰੋ ਤਾਂ ਕਿ ਵਾਕ ਪੂਰੇ ਹੋ ਜਾਵੇ। ਪਹਿਲਾ
ਭਾਰਤ ਵਿੱਚ ਸੰਸਦੀ ਪ੍ਰਣਾਲੀ ਹੈ। ਖਾਲੀ ਥਾਂ ਸੰਸਦੀ ਹੋਊਗਾ ਜੀ। ਦੂਸਰਾ, ਡੈਨਮਾਰਕ ਅਤੇ ਨਿਊਜ਼ੀਲੈਂਡ ਵਿੱਚ ਇੱਕ ਸਦਨੀ ਵਿਧਾਨ ਪਾਲਿਕਾ ਹੈ, ਜਾਣੀ ਕਿ ਵੀ ਇੱਕੋ ਸਦਨ ਹੈ ਉੱਥੇ। ਈੜੀ ਬਰਤਾਨੀਆ ਅਤੇ ਇੰਗਲੈਂਡ ਵਿੱਚ ਦੋ ਸਦਨੀ ਵਿਧਾਨ ਮੰਡਲ ਹੈ। ਲੂਈ 14ਵੇਂ ਦਾ ਪ੍ਰਸਿੱਧ ਕਥਨ ਹੈ, ਮੈਂ ਹੀ ਰਾਜ ਹਾਂ। ਹਾਹਾ, ਭਾਰਤੀ ਸੰਸਦ ਵਿੱਚ ਲੋਕਤੰਤਰ, ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਸ਼ਾਮਲ ਹਨ। ਉਸ ਤੋਂ ਅਗਲਾ ਪ੍ਰਸ਼ਨ, ਅਧਿਆਦੇਸ਼ ਤੋਂ ਕੀ ਭਾਵ ਹੈ, ਇਸ ਨੂੰ ਕਦੋਂ ਜਾਰੀ ਕੀਤਾ ਜਾ ਸਕਦਾ ਹੈ? ਅਧਿਆਦੇਸ਼ ਕਾਰਜਪਾਲਿਕਾ ਦਾ ਅਸਿੱਧਾ ਕਾਨੂੰਨ ਸਾਜੀ ਦਾ ਹਥਿਆਰ, ਇਸ ਰਾਹੀਂ ਵਾਜਬਦੇਹੀ ਬਣਾਏ ਕਾਨੂੰਨਾਂ ਨੂੰ ਵਿਧਾਨ ਪਾਲਿਕਾ ਵਿੱਚ ਜ਼ਿਆਦਾ ਬਹਿਸ ਦੀ ਲੋੜ ਨਹੀਂ ਪੈਂਦੀ, ਸਗੋਂ ਕਾਰਜਪਾਲਿਕਾ ਦੀ ਮਰਜ਼ੀ ਅਨੁਸਾਰ ਪਾਸ ਕਰ ਦਿੱਤਾ ਜਾਂਦਾ ਹੈ। ਜਦੋਂ ਸੈਸ਼ਨ ਹੁੰਦਾ ਹੈ ਤਾਂ ਅਧਿਆਦੇਸ਼ ਨੂੰ ਬਿਨਾਂ ਬਹਿਸ ਵਿਚਾਰ ਵਟਾਂਦਰਾ ਕੀਤਿਆਂ ਕਾਹਲੀ ਨਾਲ ਪਾਸ ਕਰ ਦਿੱਤਾ ਜਾਂਦਾ ਹੈ, ਜਿਵੇਂ ਭਾਰਤ ਵਿੱਚ ਖੇਤੀ ਕਾਨੂੰਨ 2020 ਜੋ ਅਧਿਆਦੇਸ਼ ਰਾਹੀਂ ਆਏ ਅਤੇ ਬਾਅਦ ਵਿੱਚ ਸੰਸਦ ਦੇ ਸੈਸ਼ਨ ਵਿੱਚ ਪਾਸ ਕੀਤੇ ਗਏ। ਕਿਸਾਨਾਂ ਅਤੇ ਮਜ਼ਦੂਰਾਂ ਨੇ ਅਤੇ ਲੋਕ ਵਿਰੋਧੀ ਹੋ ਕਰਕੇ ਸਰਕਾਰ ਨੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਲੋਕਾਂ ਦੀ ਸਰਕਾਰ ਹੋਣ ਦਾ ਸਬੂਤ ਦਿੱਤਾ। ਕੋਸ਼ਿਸ਼ ਕੀਤੀ ਗਈ ਅਧਿਆਦੇਸ਼ ਤੋਂ ਅਧਿਆਦੇਸ਼ ਨੂੰ ਰਾਜ ਦੇ ਵਿੱਚ ਰਾਸ਼ਟਰਪਤੀ ਜਾਰੀ ਕਰਦਾ ਹੈ ਜੀ। ਇੱਕ ਸਟੇਟ ਦੇ ਵਿੱਚ ਰਾਜਪਾਲ, ਪੂਰੇ ਦੇਸ਼ ਵਿੱਚ ਜਾਰੀ ਕਰਨਾ ਉੱਥੇ ਰਾਸ਼ਟਰਪਤੀ ਕਰੂਗਾ। ਉਸ ਤੋਂ ਅਗਲਾ ਪ੍ਰਸ਼ਨ, ਵਿਧਾਨ ਪਾਲਿਕਾ ਦੀ ਨਿਗਾਰ ਲਈ ਜ਼ਿੰਮੇਵਾਰ ਕਾਰਨਾਂ ਦਾ ਵਰਣਨ। ਆਂਸਰ, ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ ਹੈ। 20ਵੀਂ ਸਦੀ ਦੇ ਸ਼ੁਰੂ ਤੋਂ ਹੀ ਦੇਖਿਆ ਗਿਆ ਹੈ ਕਿ ਵਿਧਾਨ ਪਾਲਿਕਾ ਦੀ ਤਾਕਤ ਕਾਰਜਪਾਲਿਕਾ ਦੇ ਮੁਕਾਬਲੇ ਘਟੀ ਹੈ। ਯੂਰਪ ਅਤੇ ਏਸ਼ੀਆ ਵਿੱਚ ਇੱਥੇ ਸਥਿਤੀ ਹੋਰ ਵੀ ਗੰਭੀਰ ਹੈ। ਵਿਧਾਨ ਪਾਲਿਕਾ ਦੇ ਨਿਗਾਰ ਲਈ ਜ਼ਿੰਮੇਵਾਰ ਕਾਰਨਾਂ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ, ਜਿਵੇਂ ਕਿ ਪਹਿਲਾ ਪੁਆਇੰਟ, ਪ੍ਰਤੀਨਿਧੀ ਵਿਅਕਤੀਗਤ ਰੂਪ ਵਿੱਚ ਆਪਣੇ ਹਲਕੇ ਦੀ ਪ੍ਰਤੀਨਿਧਤਾ ਕਰਨ ਵਿੱਚ ਔਖ ਮਹਿਸੂਸ ਕਰਦਾ ਹੈ। ਉਸ ਦਾ ਕਾਰਨ ਕਿ ਪਾਰਟੀ ਅਨੁਸ਼ਾਸਨ ਜੋ ਪਾਰਟੀ ਦੀ ਸੰਯੁਕਤ ਰੂਪ ਵਿੱਚ ਪ੍ਰਤੀਨਿਧਤਾ ਨੂੰ ਵਿਅਕਤੀਗਤ ਪ੍ਰਤੀਨਿਧਤਾ ਤੋਂ ਪਹਿਲ ਦਿੰਦਾ ਹੈ, ਜਿਸ ਕਾਰਨ ਬਹਿਸ ਦੇ ਨਵੇਂ ਵਿਸ਼ੇ
ਵਿਲੱਖਣ ਲੋੜਾਂ ਦੀ ਪ੍ਰਤੀਨਿਧਤਾ ਨਹੀਂ ਹੋ ਸਕਦੀ, ਸਗੋਂ ਪਾਰਟੀ ਦੀ ਸਲਾਹ ਅਨੁਸਾਰ ਸਾਰੇ ਪ੍ਰਤੀਨਿਧਾਂ ਨੂੰ ਕੰਮ ਕਰਨਾ ਪੈਂਦਾ ਹੈ। ਅਜਿਹਾ ਕਰਨ ਨਾਲ ਸਰਕਾਰ ਨੂੰ ਮਜ਼ਬੂਤੀ ਮਿਲਦੀ ਹੈ, ਜੋ ਸਿੱਧੇ ਰੂਪ ਵਿੱਚ ਕਾਰਜਪਾਲਿਕਾ ਨੂੰ ਮਜ਼ਬੂਤ ਕਰਦੀ ਹੈ ਅਤੇ ਵਿਧਾਨ ਪਾਲਿਕਾ ਵਿੱਚ ਉਠਾਏ ਜਾਣ ਵਾਲੇ ਮੁੱਦਿਆਂ ਨੂੰ ਸੀਮਿਤ ਕਰ ਦਿੰਦੀ ਹੈ। ਦੂਸਰਾ ਪੁਆਇੰਟ, ਆਦੇਸ਼ ਕਾਰਜਪਾਲਿਕਾ ਦਾ ਅਸਿੱਧਾ ਕਾਨੂੰਨਾਂ ਦਾ ਹਥਿਆਰ, ਇਸ ਰਾਹੀਂ ਬਣਾਏ ਕਾਨੂੰਨਾਂ ਨੂੰ ਵਿਧਾਨ ਪਾਲਿਕਾ ਬਣ ਰਹੀ ਸੀ ਪਾਲਿਕਾ ਵਿੱਚ ਜ਼ਿਆਦਾ ਵੈਸ ਦੀ ਲੋੜ ਨਹੀਂ ਪੈਂਦੀ, ਸਗੋਂ ਇਸ ਰਾਹੀਂ ਮਰਜ਼ੀ ਅਨੁਸਾਰ ਪਾਸ ਕਰ ਦਿੱਤਾ ਜਾਂਦਾ ਹੈ। ਜਦੋਂ ਸੈਸ਼ਨ ਹੁੰਦਾ ਹੈ ਤਾਂ ਅਧਿਆਦੇਸ਼ ਨੂੰ ਬਿਨਾਂ ਵਿਚਾਰੇ ਕਾਰਜਪਾਲਿਕਾ ਦੁਆਰਾ ਕੀਤਿਆਂ ਕਾਹਲੀ ਨਾਲ ਪਾਸ ਕਰ ਦਿੱਤਾ ਜਾਂਦਾ ਹੈ। ਜਿਵੇਂ ਭਾਰਤ ਵਿੱਚ ਖੇਤੀ ਕਾਨੂੰਨ 2020 ਜੋ ਅਧਿਆਦੇਸ਼ ਰਾਹੀਂ ਆਏ ਸਨ ਅਤੇ ਬਾਅਦ ਵਿੱਚ ਸੰਸਦ ਸੈਸ਼ਨ ਵਿੱਚ ਪਾਸ ਕਰ ਦਿੱਤੇ ਗਏ, ਮਜ਼ਦੂਰਾਂ ਕਿਸਾਨਾਂ ਨੇ ਵਿਰੋਧ ਕਰਕੇ ਸਰਕਾਰ ਦੇ ਇਹ ਕਾਨੂੰਨ ਵਾਪਸ ਲੈ ਲਏ। ਲੋਕਾਂ ਦੀ ਸਰਕਾਰ ਹੋਣ ਦਾ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਜਾਂ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕੋਸ਼ਿਸ਼ ਬਣ ਰਹੀ। ਉਸ ਤੋਂ ਅੱਗੇ ਪ੍ਰਤੀਨਿਧ ਨਿੱਧੀ ਸੰਸਥਾਵਾਂ ਵਿੱਚ ਵਰਤਮਾਨ ਸਮੇਂ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਬਹੁਤ ਤੇਜ਼ੀ ਆਈ ਹੈ, ਜਿਸ ਦੇ ਸਿੱਟੇ ਵਜੋਂ ਪ੍ਰਸ਼ਨ ਪੁੱਛਣਾ, ਬਹਿਸ, ਵਿਚਾਰ ਵਟਾਂਦਰੇ ਲਈ ਬਹੁਤ ਘੱਟ ਸਮਾਂ ਦਿੱਤਾ ਜਾਂਦਾ ਹੈ। ਇਸ ਕਾਰਨ ਬਿੱਲ ਬਿਨਾਂ ਵਿਚਾਰੇ ਚਰਚਾ ਤੋਂ ਹੀ ਪਾਸ ਕਰ ਦਿੱਤੇ ਜਾਂਦੇ ਹਨ। ਚੌਥਾ, ਸੌਂਪੀ ਕਾਨੂੰਨ ਸਾਜੀ ਵਿੱਚ ਰਾਜਨੀਤਿਕ ਕਾਰਜਪਾਲਿਕਾ ਨੌਕਰਸ਼ਾਹੀ ਤੋਂ ਕਾਨੂੰਨਾਂ ਦਾ ਵਿਸਥਾਰ ਕਰਵਾਉਂਦੀ ਹੈ। ਬੇਸ਼ੱਕ ਕਾਨੂੰਨ ਬਣਾਉਣ ਦਾ ਕੰਮ ਵਿਧਾਨ ਪਾਲਿਕਾ ਦਾ ਹੈ, ਪਰ ਕੰਮ ਦੀ ਬਹੁਤਾਂ ਅਤੇ ਵਿਚਾਰ ਵਟਾਂਦਰੇ ਲਈ ਸਮੇਂ ਦੀ ਘਾਟ ਕਾਰਨ ਰਾਜਨੀਤਿਕ ਕਾਰਜਪਾਲਿਕਾ ਕਾਨੂੰਨਾਂ ਨੂੰ ਕੇਵਲ ਮੁੱਢਲੇ ਰੂਪ ਵਿੱਚ ਹੀ ਤਿਆਰ ਕਰਦੀ ਹੈ। ਇਸ ਲਈ ਕਾਰਜਪਾਲਿਕਾ, ਖਾਸ ਕਰਕੇ ਨੌਕਰਸ਼ਾਹੀ ਦੀ ਭੂਮਿਕਾ ਕਾਨੂੰਨਾਂ ਦੇ ਵਿਸਥਾਰ ਸੰਪੂਰਨ ਕਰਨ ਵਿੱਚ ਬਣਦੀ ਹੈ, ਜੋ ਕਿ ਵਿਧਾਨ ਪਾਲਿਕਾ ਦੀ ਸਥਿਤੀ ਨੂੰ ਕਾਨੂੰਨਾਂ ਦੇ ਖੇਤਰ ਵਿੱਚ ਸੀਮਿਤ ਕਰ ਦਿੰਦੀ ਹੈ। ਪੰਜਵਾਂ ਪੁਆਇੰਟ, ਨਿਆਇਕ ਪੁਨਰ ਨਿਰੀਖਣ ਦੀ ਵਿਵਸਥਾ ਰਾਹੀਂ ਵਿਧਾਨ ਪਾਲਿਕਾ ਦੁਆਰਾ ਬਣਾਏ ਗਏ ਕਾਨੂੰਨਾਂ ਦੀ ਸੰਵਿਧਾਨਕਤਾ ਨਿਆਂਪਾਲਿਕਾ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਨਾਲ ਵਿਧਾਨ ਪਾਲਿਕਾ
ਅਤੇ ਸਥਿਤੀ ਨਿਆਂਪਾਲਿਕਾ ਦੇ ਮੁਕਾਬਲੇ ਕਮਜ਼ੋਰ ਬਣ ਜਾਂਦੀ ਹੈ। ਅਮਰੀਕਾ ਵਿੱਚ ਪ੍ਰਧਾਨਗੀ ਪ੍ਰਣਾਲੀ ਹੋਣ ਕਰਕੇ ਜਿੱਥੇ ਇੱਕ ਪਾਸੇ ਨਿਆਇਕ ਪੁਨਰ ਨਿਰੀਖਣ ਹੈ, ਦੂਜੇ ਪਾਸੇ ਰਾਸ਼ਟਰਪਤੀ ਅਤੇ ਕਾਂਗਰਸ ਵਿਚਾਲੇ ਤੁਲਨਾ ਅਤੇ ਰੋਕ ਕਰਨ ਦੀ ਸ਼ਕਤੀ ਨੇ ਅਮਰੀਕੀ ਵਿਧਾਨ ਪਾਲਿਕਾ ਦੀ ਸਥਿਤੀ ਨੂੰ ਕਮਜ਼ੋਰ ਕਰ ਦਿੱਤਾ ਹੈ। ਵਿਧਾਨ ਪਾਲਿਕਾ ਦੇ ਨਿਘਾਰ ਸਿਰਲੇਖ ਅਧੀਨ ਚਰਚਾ ਪੜਨ ਤੋਂ ਬਾਅਦ ਅਸੀਂ ਸਮਝ ਸਕਦੇ ਹਾਂ ਕਿ ਵਿਧਾਨ ਪਾਲਿਕਾ ਦੀ ਸਥਿਤੀ ਬਹੁਤ ਕਮਜ਼ੋਰ ਹੈ, ਪਰੰਤੂ ਫਿਰ ਵੀ ਵਿਧਾਨ ਪਾਲਿਕਾ ਨੂੰ ਸ਼ਕਤੀ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਹੈ। ਵਿਧਾਨ ਪਾਲਿਕਾ ਦੁਆਰਾ ਬਣਾਏ ਕਾਨੂੰਨਾਂ ਰਾਹੀਂ ਹੀ ਸਾਰੇ ਦੇਸ਼ਾਂ ਦਾ ਸ਼ਾਸਨ ਪ੍ਰਬੰਧ ਚੱਲਦਾ ਹੈ। ਸਾਰੇ ਲੋਕਾਂ ਦੇ ਵਿਚਾਰਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਂ ਪ੍ਰਤੀਨਿਧਤਾ ਮਿਲਦੀ ਹੈ। ਪੰਜਵਾਂ ਪ੍ਰਸ਼ਨ, ਇਹਨਾਂ ਪ੍ਰਸ਼ਨ ਦੇ ਉੱਤਰ 10 ਤੋਂ 15 ਵਾਕਾਂ ਵਿੱਚ ਦਿਓ। ਪਹਿਲਾ ਪ੍ਰਸ਼ਨ, ਵਿਧਾਨ ਪਾਲਿਕਾ ਤੋਂ ਕੀ ਭਾਵ ਹੈ? ਇਸ ਦੇ ਵੱਖ ਵੱਖ ਕੰਮਾਂ ਦਾ ਵਰਣਨ ਕਰੋ। ਉੱਤਰ, ਲੋਕਤੰਤਰੀ ਸਰਕਾਰ ਵਿੱਚ ਵਿਧਾਨ ਪਾਲਿਕਾ ਨੂੰ ਬਹੁਤ ਹੀ ਅਹਿਮ ਸਥਾਨ ਪ੍ਰਾਪਤ ਹੈ, ਜਿਸ ਦੇ ਪਿੱਛੇ ਕਾਰਨ ਹੈ ਕਿ ਵਿਧਾਨ ਪਾਲਿਕਾ ਰਾਜਨੀਤੀਵਾਨਾਂ ਦੁਆਰਾ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਇਸ ਦਾ ਅਰਥ ਸਮਝਣਾ ਜਾਣਨਾ ਜ਼ਰੂਰੀ ਹੈ। ਵਿਧਾਨ ਪਾਲਿਕਾ ਸਰਕਾਰ ਦਾ ਪਹਿਲਾ ਅਤੇ ਮਹੱਤਵਪੂਰਨ ਅੰਗ ਹੈ, ਜਿਸ ਦਾ ਮੁੱਢਲਾ ਕੰਮ ਕਾਨੂੰਨ ਬਣਾਉਣਾ ਹੈ, ਭਾਵ ਸਰਕਾਰ ਦਾ ਇੱਕ ਅੰਗ ਹੈ ਜੋ ਕਾਨੂੰਨ ਬਣਾਉਂਦਾ ਹੈ, ਉਸ ਨੂੰ ਵਿਧਾਨ ਪਾਲਿਕਾ ਕਿਹਾ ਜਾਂਦਾ ਹੈ। ਕੰਮ, ਕਾਰਜਪਾਲਿਕਾ ਦੇ ਹੇਠ ਲਿਖੇ ਕੰਮ, ਕਾਨੂੰਨਾਂ ਨੂੰ ਲਾਗੂ ਕਰਨਾ, ਪਹਿਲਾ ਪੁਆਇੰਟ ਕਾਨੂੰਨਾਂ ਨੂੰ ਲਾਗੂ ਕਰਨਾ। ਕਾਰਜਪਾਲਿਕਾ ਦਾ ਮੁੱਖ ਕੰਮ ਕਾਨੂੰਨਾਂ ਨੂੰ ਲਾਗੂ ਕਰਨਾ ਹੈ। ਵਿਧਾਨ ਪਾਲਿਕਾ ਕਾਨੂੰਨਾਂ ਦਾ ਨਿਰਮਾਣ ਕਰਦੀ ਹੈ, ਕਾਰਜਪਾਲਿਕਾ ਉਹਨਾਂ ਨੂੰ ਅਮਲੀ ਰੂਪ ਦਿੰਦੀ ਹੈ। ਜਿਹੜੇ ਵਿਅਕਤੀ ਕਾਨੂੰਨ ਨੂੰ ਭੰਗ ਕਰਦੇ ਹਨ, ਕਾਰਜਪਾਲਿਕਾ ਦੇ ਅਧਿਕਾਰੀ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹਨ, ਉਹਨਾਂ ਨੂੰ ਅਦਾਲਤਾਂ ਤੋਂ ਸਜ਼ਾ ਦਿਵਾਉਂਦੇ ਹਨ। ਦੂਸਰਾ ਪੁਆਇੰਟ, ਪ੍ਰਸ਼ਾਸਕੀ ਨੀਤੀਆਂ ਨਿਰਧਾਰਿਤ ਕਰਨਾ। ਕਾਰਜਪਾਲਿਕਾ ਪ੍ਰਸ਼ਾਸਕੀ ਨੀਤੀਆਂ ਨਿਰਧਾਰਿਤ ਕਰਦੀ ਹੈ। ਸੰਸਦੀ ਸਰਕਾਰ ਵਿੱਚ ਇਹ ਨੀਤੀਆਂ ਮੰਤਰੀ ਮੰਡਲ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ, ਅਤੇ ਪ੍ਰਧਾਨਗੀ ਸਰਕਾਰ ਵਿੱਚ ਇਹ ਰਾਸ਼ਟਰਪਤੀ ਦੁਆਰਾ ਇਹਨਾਂ ਨੀਤੀਆਂ ਨੂੰ ਠੀਕ ਢੰਗ ਨਾਲ ਲਾਗੂ ਕਰਨ ਦੀ ਜ਼ਿੰਮੇਵਾਰੀ ਕਾਰਜਪਾਲਿਕਾ ਦੀ ਹੁੰਦੀ ਹੈ। ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਆਪਣੀਆਂ ਨੀਤੀਆਂ ਅਤੇ ਕੰਮਾਂ ਦੇ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ। ਪੁਆਇੰਟ ਤੀਸਰਾ, ਪ੍ਰਸ਼ਾਸਨ ਚਲਾਉਣਾ।
ਪ੍ਰਸ਼ਾਸਨ ਚਲਾਉਣ ਲਈ ਕਾਰਜਪਾਲਿਕਾ ਦਾ ਮਹੱਤਵਪੂਰਨ ਕੰਮ ਹੈ। ਪ੍ਰਸ਼ਾਸਨ ਚਲਾਉਣ ਲਈ ਸਰਕਾਰ ਦੇ ਕੰਮਾਂ ਨੂੰ ਕਈ ਭਾਗਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਹਰ ਇੱਕ ਵਿਭਾਗ ਨੇ ਕਿਸੇ ਨਾ ਕਿਸੇ ਮੰਤਰੀ ਅਧੀਨ ਰੱਖਿਆ ਜਾਂਦਾ ਹੈ। ਉਹ ਮੰਤਰੀ ਆਪਣੇ ਵਿਭਾਗ ਦਾ ਸੁਚੱਜੇ ਢੰਗ ਨਾਲ ਸ਼ਾਸਨ ਚਲਾਉਣ ਲਈ ਜ਼ਿੰਮੇਵਾਰ ਹੁੰਦਾ ਹੈ ਅਤੇ ਵਿਭਾਗ ਨਾਲ ਸੰਬੰਧਿਤ ਦੈਨਿਕ ਮਾਮਲਿਆਂ ਦੇ ਉੱਤੇ ਨਿਰਣੇ ਦਿੰਦਾ ਹੈ। ਪ੍ਰਸ਼ਾਸਨਿਕ ਅਧਿਕਾਰੀ ਉਸ ਦੇ ਆਦੇਸ਼ ਅਤੇ ਨਿਰਦੇਸ਼ ਅਨੁਸਾਰ ਕੰਮ ਕਰਦੇ ਹਨ। ਪ੍ਰਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਰਾਜਨੀਤਿਕ ਜ਼ਿੰਮੇਵਾਰੀ ਮੰਤਰੀ ਦੀ ਹੀ ਹੁੰਦੀ ਹੈ। ਪੁਆਇੰਟ ਚੌਥਾ, ਸ਼ਾਂਤੀ ਅਤੇ ਵਿਵਸਥਾ ਕਾਇਮ ਰੱਖਣਾ। ਦੇਸ਼ ਵਿੱਚ ਸ਼ਾਂਤੀ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਕਾਰਜਪਾਲਿਕਾ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਕੰਮ ਲਈ ਪੁਲਿਸ ਸੰਗਠਿਤ ਕੀਤੀ ਜਾਂਦੀ ਹੈ। ਪੁਲਿਸ ਵਿਭਾਗ ਦੇ ਕੰਟਰੋਲ ਵਿੱਚ ਕੰਮ ਕਰਦੀ ਹੈ। ਗ੍ਰਹਿ ਵਿਭਾਗ ਗ੍ਰਹਿ ਮੰਤਰੀ ਦੇ ਅਧੀਨ ਹੁੰਦਾ ਹੈ। ਲੋਕਾਂ ਦੇ ਜੀਵਨ ਸੰਪੱਤੀ ਦੀ ਰੱਖਿਆ ਕਰਨ ਦਾ ਕੰਮ ਪੁਲਿਸ ਨੂੰ ਸੌਂਪਿਆ ਜਾਂਦਾ ਹੈ। ਪੁਲਿਸ ਸ਼ਾਂਤੀ ਅਤੇ ਵਿਵਸਥਾ ਭੰਗ ਕਰਨ ਵਾਲਿਆਂ ਨੂੰ ਫੜਦੀ ਹੈ। ਉਹਨਾਂ ਵਿਰੁੱਧ ਅਦਾਲਤਾਂ ਵਿੱਚ ਮੁਕੱਦਮੇ ਚਲਾਉਂਦੀ ਹੈ। ਪੁਆਇੰਟ ਪੰਜਵਾਂ, ਬਾਹਰਲੇ ਹਮਲਿਆਂ ਨੂੰ ਰੋਕਣਾ। ਕਾਰਜਪਾਲਿਕਾ ਦੇਸ਼ ਦੀ ਬਾਹਰੀ ਸੁਰੱਖਿਆ ਦਾ ਪ੍ਰਬੰਧ ਕਰਦੀ ਹੈ। ਉਸ ਉਦੇਸ਼ ਦੀ ਫੌਜ ਨੂੰ ਸੰਗਠਿਤ ਕੀਤਾ ਜਾਂਦਾ ਹੈ। ਪੈਦਲ ਸਮੁੰਦਰੀ ਹਵਾਈ ਫੌਜ ਦੀ ਵਿਵਸਥਾ ਕੀਤੀ ਜਾਂਦੀ ਹੈ। ਫੌਜ ਨੂੰ ਨਵੀਨ ਕਿਸਮ ਦੇ ਹਥਿਆਰਾਂ ਨਾਲ ਲੈਸ ਕੀਤਾ ਜਾਂਦਾ ਹੈ। ਫੌਜ ਸੁਰੱਖਿਆ ਵਿਭਾਗ ਦੇ ਅਧੀਨ ਹੁੰਦੀ ਹੈ। ਸੁਰੱਖਿਆ ਵਿਭਾਗ ਸੁਰੱਖਿਆ ਮੰਤਰੀ ਦੇ ਕੰਟਰੋਲ ਵਿੱਚ ਕੰਮ ਕਰਦਾ ਹੈ। ਸੁਰੱਖਿਆ ਵਿਭਾਗ ਦਾ ਸੰਚਾਲਨ ਕਾਰਜਪਾਲਿਕਾ ਦੁਆਰਾ ਬਣਾਏ ਗਏ ਨਿਯਮਾਂ ਅਨੁਸਾਰ ਕੀਤਾ ਜਾਂਦਾ ਹੈ। ਰਾਜ ਦਾ ਪ੍ਰਧਾਨ ਮੁੱਖ ਸੈਨਾਪਤੀ ਹੁੰਦਾ ਹੈ। ਉਹ ਉੱਚ ਸੈਨਿਕ ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ। ਉਹ ਯੁੱਧ ਜਾਂ ਰਾਸ਼ਟਰੀ ਸੰਕਟ ਦੇ ਸਮੇਂ ਮਾਰਸ਼ਲ ਲਾ ਦਾ ਐਲਾਨ ਕਰਦਾ। ਤੀਜਾ ਪੁਆਇੰਟ, ਵਿੱਤੀ ਕਾਰਜ। ਕਾਰਜਪਾਲਿਕਾ ਵਿੱਤੀ ਕਾਰਜਾਂ ਵਿੱਚ ਭਾਗ ਲੈਂਦੀ ਹੈ। ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਬਜਟ ਤਿਆਰ ਕਰਦੀ ਹੈ। ਉਸ ਨੂੰ ਵਿਧਾਨ ਮੰਡਲ ਵਿੱਚ ਪੇਸ਼ ਕਰਦੀ ਹੈ। ਮੰਤਰੀ ਮੰਡਲ ਦੇ ਮੈਂਬਰ ਵਿਧਾਨ ਮੰਡਲ ਵਿੱਚ ਆਪਣੇ ਆਪਣੇ ਵਿਭਾਗਾਂ ਬਾਰੇ ਧਨ ਦੀ ਮੰਗ ਪੇਸ਼ ਕਰਦੇ ਹਨ। ਉਹ ਨਵੇਂ ਟੈਕਸ ਲਗਾਉਣ, ਪੁਰਾਣੇ ਟੈਕਸਾਂ ਵਿੱਚ ਕਮੀ ਜਾਂ ਵਾਧਾ ਕਰਨ ਦੀਆਂ ਤਜਵੀਜ਼ਾਂ ਪੇਸ਼ ਕਰਦੇ ਹਨ। ਟੈਕਸਾਂ ਦੀ ਵਸੂਲੀ ਕਰਨਾ, ਧਨ ਖਰਚ ਕਰਨ ਦੀ ਵੀ ਕਾਰਜਪਾਲਿਕਾ ਦਾ ਮੁੱਖ ਕੰਮ ਹੈ। ਪ੍ਰਧਾਨਗੀ ਸਰਕਾਰ ਵਿੱਚ ਵੀ ਬਜਟ ਕਾਰਜਪਾਲਿਕਾ ਦੀ ਨਿਗਰਾਨੀ ਹੇਠ ਤਿਆਰ ਹੁੰਦਾ ਹੈ। ਪੁਆਇੰਟ ਸੱਤਵਾਂ, ਨਿਆਂ ਸੰਬੰਧੀ ਕਾਰਜ। ਕਾਰਜਪਾਲਿਕਾ ਨੂੰ ਕੁਝ
ਇੱਕ ਨਿਆਂ ਸੰਬੰਧੀ ਕਾਰਜ ਵੀ ਕਰਨੇ ਪੈਂਦੇ ਹਨ। ਕਾਰਜਪਾਲਿਕਾ ਅਦਾਲਤਾਂ ਦੀ ਵਿਵਸਥਾ ਕਰਦੀ ਹੈ। ਕਾਰਜਪਾਲਿਕਾ ਪ੍ਰਧਾਨ ਜੱਜਾਂ ਦੀ ਨਿਯੁਕਤੀ ਕਰਦੀ ਹੈ। ਭਾਰਤ ਅਤੇ ਅਮਰੀਕਾ ਵਿੱਚ ਸੁਪਰੀਮ ਕੋਰਟ ਦੇ ਜੱਜ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ। ਕਾਰਜਪਾਲਿਕਾ ਪ੍ਰਧਾਨ ਅਪਰਾਧੀਆਂ ਦੀ ਸਜ਼ਾ ਨੂੰ ਮੁਆਫ਼ ਘੱਟ ਸਥਗਿਤ ਕਰ ਸਕਦਾ ਹੈ। ਕਾਰਜਪਾਲਿਕਾ ਦੇ ਪ੍ਰਧਾਨ ਦੇ ਵਿਰੁੱਧ ਕਿਸੇ ਵੀ ਅਦਾਲਤ ਵਿੱਚ ਕਾਰਵਾਈ ਨਹੀਂ ਕੀਤੀ ਜਾ ਸਕਦੀ। ਉਸ ਤੋਂ ਅੱਗੇ ਅਗਲਾ ਪ੍ਰਸ਼ਨ, ਸੰਸਦੀ ਇੱਕ ਸਦਨੀ ਅਤੇ ਦੋ ਸਦਨੀ ਵਿਧਾਨ ਮੰਡਲਾਂ ਵਿੱਚ ਅੰਤਰ ਕਰੋ। ਆਂਸਰ, ਵਰਤਮਾਨ ਸਮੇਂ ਲੋਕਤੰਤਰੀ ਪ੍ਰਣਾਲੀਆਂ ਵਿੱਚ ਗਿਣਤੀ ਦੇ ਆਧਾਰ 'ਤੇ ਇੱਕ ਸਦਨੀ ਵਿਧਾਨ ਮੰਡਲ ਅਤੇ ਦੋ ਸਦਨੀ ਵਿਧਾਨ ਮੰਡਲ ਪ੍ਰਚਲਿਤ ਹਨ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਸੰਘਾਤਮਕ ਪ੍ਰਣਾਲੀ ਵਿੱਚ ਸਰਕਾਰਾਂ ਦੇ ਦੋ ਜਾਂ ਦੋ ਤੋਂ ਵੱਧ ਪੱਧਰ ਹੁੰਦੇ ਹਨ ਅਤੇ ਸ਼ਕਤੀ ਵਿਸ਼ੇ ਕੇਂਦਰ ਅਤੇ ਰਾਜਾਂ ਸੂਬਿਆਂ ਵਿੱਚ ਵੰਡੇ ਹੁੰਦੇ ਹਨ। ਇਸ ਲਈ ਦੋ ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਜਾਂਦੀ ਹੈ। ਇੱਕ ਸਦਨ ਰਾਜਾਂ ਜਾਂ ਭਾਗਾਂ ਦੀ ਪ੍ਰਤੀਨਿਧਤਾ ਕਰਦਾ ਹੈ, ਦੂਸਰਾ ਸਦਨ ਸੰਪੂਰਨ ਦੇਸ਼ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ। ਏਕਾਤਮਕ ਸ਼ਾਸਨ ਪ੍ਰਣਾਲੀ ਵਿੱਚ ਸ਼ਕਤੀਆਂ ਕੇਂਦਰ ਅਤੇ ਰਾਜਾਂ ਵਿੱਚ ਨਹੀਂ ਵੰਡੀਆਂ ਹੁੰਦੀਆਂ। ਇਸ ਲਈ ਉੱਥੇ ਇੱਕ ਹੀ ਸਦਨ ਹੁੰਦਾ ਹੈ। ਜਿਵੇਂ ਕਿ ਅਸੀਂ ਜਾਣਿਆ ਹੈ, ਵਿਧਾਨ ਪਾਲਿਕਾ ਇੱਕ ਸਦਨੀ ਅਤੇ ਦੋ ਸਦਨੀ ਹੁੰਦੀ ਹੈ। ਪਰੰਤੂ ਪਿਛਲੇ ਕੁਝ ਸਮੇਂ ਤੋਂ ਦੇਖਿਆ ਗਿਆ ਹੈ ਕਿ ਦੋ ਸਦਨੀ ਵਿਧਾਨ ਮੰਡਲ ਜ਼ਿਆਦਾ ਪ੍ਰਚਲਿਤ ਹੈ। ਇੱਕ ਸਦਨੀ ਵਿਧਾਨ ਮੰਡਲ ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ, ਕੇਵਲ ਇੱਕ ਹੀ ਸਦਨ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਲਈ ਕਾਨੂੰਨ ਬਣਾਉਣ ਦਾ ਕੰਮ ਇੱਕ ਹੀ ਸਦਨ ਕੋਲ ਹੁੰਦਾ ਹੈ, ਜਿਵੇਂ ਕਿ ਚੀਨ, ਨਿਊਜ਼ੀਲੈਂਡ, ਡੈਨਮਾਰਕ, ਫਿਨਲੈਂਡ ਆਦਿ ਦੇਸ਼ਾਂ ਵਿੱਚ। ਦੋ ਸਦਨੀ ਵਿਧਾਨ ਪਾਲਿਕਾ ਵਿੱਚ ਦੋ ਸਦਨ ਹੁੰਦੇ ਹਨ, ਜਿਨ੍ਹਾਂ ਨੂੰ ਉੱਪਰਲਾ ਅਤੇ ਹੇਠਲਾ ਸਦਨ ਕਿਹਾ ਜਾਂਦਾ ਹੈ। ਇਸ ਵਿੱਚ ਹੇਠਲਾ ਸਦਨ ਜ਼ਿਆਦਾ ਤਾਕਤ ਵਾਲਾ ਹੁੰਦਾ ਹੈ, ਭਾਵ ਕਾਨੂੰਨ ਬਣਾਉਣ ਦੀ ਮੋਹਰੀ ਭੂਮਿਕਾ ਨਿਭਾਉਂਦਾ ਹੈ। ਆਮ ਤੌਰ 'ਤੇ ਹੇਠਲਾ ਸਦਨ, ਜਿਵੇਂ ਭਾਰਤ ਵਿੱਚ, ਇੰਗਲੈਂਡ, ਫਰਾਂਸ, ਜਰਮਨੀ ਵਿੱਚ ਪ੍ਰਤੱਖ ਚੋਣਾਂ ਰਾਹੀਂ ਚੁਣਿਆ ਜਾਂਦਾ ਹੈ। ਉੱਪਰਲਾ ਸਦਨ ਵਿੱਚ ਕੁਝ ਦੇਸ਼ਾਂ ਵਿੱਚ, ਜਿਵੇਂ ਸੰਯੁਕਤ ਰਾਜ ਅਮਰੀਕਾ ਵਿੱਚ, ਪ੍ਰਤੱਖ ਚੋਣਾਂ ਰਾਹੀਂ ਚੁਣਿਆ ਜਾਂਦਾ ਹੈ। ਭਾਰਤ ਵਿੱਚ ਉੱਪਰਲਾ ਸਦਨ ਭਾਵ ਰਾਜ ਸਭਾ ਅਪ੍ਰਤੱਖ ਚੋਣਾਂ ਰਾਹੀਂ ਚੁਣਿਆ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਦੋ ਸਦਨੀ ਵਿਧਾਨ ਪਾਲਿਕਾ ਵਿੱਚ ਇੱਕ ਸਦਨ ਲੋਕਾਂ ਦੀ ਅਤੇ ਦੂਸਰਾ ਸਦਨ ਸੂਬਿਆਂ ਦੀ ਪ੍ਰਤੀਨਿਧਤਾ ਕਰਦਾ ਹੈ। ਉਦਾਹਰਣ ਦੇ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਕਾਂਗਰਸ ਦੇ ਦੋ ਸਦਨ ਹਨ, ਸੈਨੇਟ ਅਤੇ ਪ੍ਰਤੀਨਿਧੀ ਸਦਨ, ਜਿਸ ਵਿੱਚ ਸੈਨੇਟ ਦੇ ਕੁੱਲ 100 ਮੈਂਬਰ ਹਨ ਅਤੇ ਹਰੇਕ ਰਾਜ ਵਿੱਚੋਂ 2 ਮੈਂਬਰ ਚੁਣੇ ਜਾਂਦੇ ਹਨ। ਪ੍ਰਤੀਨਿਧੀ ਸਦਨ ਦੇ ਵਿੱਚ 435 ਮੈਂਬਰ ਸੰਯੁਕਤ ਰਾਜ ਅਮਰੀਕਾ ਦੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ।
ਇਹ ਸੀ ਆਪਣੀ ਬਹੁਤ ਹੀ ਮਹੱਤਵਪੂਰਨ ਵੀਡੀਓ। ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ, ਲਾਈਕ ਕਰਿਓ, ਬੈੱਲ ਆਈਕਨ ਦਾ ਬਟਨ ਕਲਿੱਕ ਕਰਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।